ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਦੀਪ ਸਿੰਘ ਅੱਜ ਬਹੁਤ ਖੁਸ਼ ਹਾਂ ਕਿਉਂਕਿ ਮੈਂ ਆਪਣਾ ਮੇਰਾ ਅਤੇ ਮੇਰੀ ਪਤਨੀ ਦਾ ਵੀਜ਼ਾ 10 ਸਾਲ ਦਾ ਲੱਗ ਗਿਆ। ਟੂਰਿਸਟ ਇੰਡੀਆ ਦੇ ਨਾਲ ਸੰਪਰਕ ਕੀਤਾ, ਫੋਨ 'ਤੇ ਗੱਲਬਾਤ ਕੀਤੀ ਗੁਰਿੰਦਰ ਮੈਡਮ ਜੀ ਦੇ ਨਾਲ। ਉਹਨਾਂ ਨੇ ਮੈਨੂੰ ਸਾਰੇ ਡਾਕੂਮੈਂਟਸ ਫੋਨ ਦੇ ਉੱਤੇ ਦੱਸੇ ਕਿ ਆਹ ਡਾਕੂਮੈਂਟਸ ਆਪਣੇ ਲੈ ਕੇ ਆਓ। ਉਹ ਮੈਂ ਆਪਣੇ ਜਿੰਨੇ ਡਾਕੂਮੈਂਟਸ ਸਾਰੇ ਤਿਆਰ ਕਰਕੇ ਫਾਈਲ ਜਲੰਧਰ ਦਫ਼ਤਰ ਵਿੱਚ ਪਹੁੰਚਾਈ ਅਤੇ ਗੁਰਿੰਦਰ ਮੈਡਮ ਜੀ ਨੇ ਤੁਰੰਤ ਕਾਰਵਾਈ ਆਪਣੀ ਕਰਕੇ 16 ਤਰੀਕ ਨੂੰ ਮੇਰੇ ਜਿਹੜੇ ਫਾਈਲ ਲਗਾ ਦਿੱਤੀ। ਫਾਈਲ ਲਗਾਉਣ ਤੋਂ ਬਾਅਦ ਮੇਰਾ 10 ਦਿਨਾਂ ਦੇ ਵਿੱਚ ਵਿੱਚ ਵੀਜ਼ਾ ਲੱਗ ਕੇ ਮੇਰੇ ਕੋਲ ਆ ਗਿਆ। ਪਾਸਪੋਰਟ ਮੇਰਾ ਹੱਥ ਦੇ ਵਿੱਚ ਹਨ। ਹੋਰ ਵੀ ਸੱਜਣ ਮਿੱਤਰ ਮੇਰੇ ਜਿੰਨੇ ਵੀ ਹੈਗੇ ਆ ਆਪਣੇ ਬਾਹਰ ਕਿਤੇ ਵੀ ਕੰਟਰੀ ਦਾ ਵੀਜ਼ਾ ਲਵਾਉਣਾ ਚਾਹੁੰਣ, ਉਹ ਗੁਰਿੰਦਰ ਮੈਡਮ ਜੀ ਨਾਲ ਆ ਕੇ ਦਫ਼ਤਰ ਮਿਲਣ ਜਾਂ ਉਹਨਾਂ ਦੇ ਫੋਨ 'ਤੇ ਸੰਪਰਕ ਕਰਨ ਅਤੇ ਆਪਣਾ ਮੌਕੇ ਦਾ ਲਾਭ ਉਠਾ ਸਕਣ, ਕਿਉਂਕਿ ਇਹਨਾਂ ਦੀ ਜਿਹੜੀ ਦਫ਼ਤਰ ਦੀ ਕਾਰਜਕਾਰੀ ਬਹੁਤ ਵਧੀਆ। ਇਹਨਾਂ ਦੇ ਵਿੱਚ ਕੋਈ ਵੀ ਮਤਲਬ ਕਿ ਕੋਈ ਊਨਤਾ ਹੀ ਨਹੀਂ ਹੈਗੀ, ਸਹੀ ਤਰੀਕੇ ਨਾਲ ਕੰਮ ਕਰਦੇ ਆ ਇਹ ਅਤੇ ਕੰਮ ਕਰਕੇ ਸਾਫ ਤਰੀਕੇ ਦੇ ਨਾਲ ਮਤਲਬ ਕਿ ਵੀਜ਼ਾ ਲਵਾ ਕੇ ਵਧੀਆ ਜਿਹੜਾ ਹੈਗਾ ਉਹ ਕੰਮ ਕਰਦੇ ਆ। ਅਤੇ ਮੈਂ ਫਿਰ ਇਹ ਟੂਰਿਸਟ ਇੰਡੀਆ ਦੀ ਟੀਮ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ 10 ਦਿਨ ਦੇ ਵਿੱਚ ਵਿੱਚ ਕੈਨੇਡਾ ਦਾ ਵੀਜ਼ਾ ਲਵਾ ਕੇ ਇਹ ਇਹਨਾਂ ਨੇ ਪਾਸਪੋਰਟ ਮੈਨੂੰ ਆ ਦਿੱਤੇ ਆ। ਹੋਰ ਵੀ ਸੱਜਣ ਮਿੱਤਰ ਜਿਹੜਾ ਵੀ ਦੁਬਾਰਾ ਮੈਂ ਫਿਰ ਕਹਿਣਾ ਚਾਹੁੰਦਾ ਵਾਂ, ਜਿਹੜੇ ਵੀ ਸੱਜਣ ਮਿੱਤਰ ਨੇ ਕਿਸੇ ਵੀ ਕੰਟਰੀ ਦਾ ਵੀਜ਼ਾ ਲਵਾਉਣਾ ਵਾ, ਉਹ ਆਪਣੇ ਟੂਰਿਸਟ ਇੰਡੀਆ ਦਫ਼ਤਰ ਦੇ ਵਿੱਚ ਆ ਕੇ ਚਾਹੇ ਉਹਨਾਂ ਨਾਲ ਇੱਥੇ ਸੰਪਰਕ ਕਰਨ ਅਤੇ ਆਪਣਾ ਮੌਕੇ ਦਾ ਫਾਇਦਾ ਉਠਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।